अगली कबड्डी पाएगा जी अरसलान वटू शाल्वी नंबर 6
पक्के बनाएगा और सलाम रखती थी इंटरनेशनल कबड्डी प्लेयर हासिल पौधा है कबड्डी मोरे जिले के साथी एक गली पर हमार बाला दो नंबर का बड़ा खरीदा ऊपर देखो गल की हुई 30 सेकंड में समय ने फासला करना पॉइंट पॉइंट जाफीरा पॉइंट जाफीरा पॉइंट के सी फीसियां का एक होर रखा चल भी रबर शेरा अगली कबड्डी हनानी गुजर पाएगा बिल्कुल त्यार बार त्यार जी नानी गुजर अगली कबड्डी पाने वास्ते खंडियां उत्ते त्यार बार त्यार जी सही जमन कर सब हासिल फोर की टीम जो कोच ने एसएम टीम लाके ग्राउंड में पहुंचे और मैं वेलकम करा जनाब चौधरी आसिफ खूब चीमा साहब और जनाब कोहर वीर भाईया साहब सदर जड़े स्टेडियम में ने और आज ने खास खास प्रोने चौधरी तबारक हुसैन लगरियाल साहब साडे मुख्य मेहमान और जनाब लाल जनाब चौधरी आसिफ साहब राव आसिफ साहब मोहम्मद अकरम आजाद लगरियाल साहब चौधरी वसीम आजाद कोठिया साहब मोहम्मद तारिक आल सोनी ब्रोइंग सर्विस आए हाय शौकत सपा ठीक है सपना दी तकदीर वेला राठा दी जगीर वेला पौधा है जद पट्टी किधरे करदा लीरे लीरे वेला जद्दी तक ना मार करी ना पग्गा छड़दा चीरो वेला पग्गा छड़दा चीरो वेला चल भी अहमद पट्टी अगली कबड्डी पाएगा जी डीजे महावल कौर दा मंबर शेर स्केटर इस लता दी अखा दे सामने गुंगले है वजूद दा मुंडे दा चार जाफियां दे बोले है तावा एनो कहंदे जवेद आए है एक नमन पट्टी बहुत सोना पैंट अपनी टीम के खाते जोड़ी था चल भी छाना तीन अगली कबड्डी उत्ते तैयार बार तैयार है छाने तीन भी पैदी हुई कबड्डिया एक कमी से बिलावल कलू दूजी कमी के उत्ते शौकत सपा जी शाना तीन और पैर अपनी टीम के खाते जोड़िया मुबारक अली अगली कबड्डी दिते अगली कबड्डी पैग जी मुबारक अली भी पैदी हुई रेड जिस प्लेयर ने भी पानी लग्या होया या बाम लगी हुई नंबर जाफी सियान दिता जाएगा बाद कोई बंदा अपराध करे आए हाय खलील लेकिन मुबारक अली बहुत सोना आए हाय क्या बात है तगड़ा पैंट जोड़िया अपनी टीम के खाते अगली कबड्डी पाएगा फिर उमर गुज्जर शालती नंबर शेरा पाले कबड्डी उमर गुज्जर 85 वाला पैंदी हुई रे मेरे चार जाफी अपना दिल कल्लू शौकत सपा ਸ਼ਾਬਾ ਸਪਾਲਾ ਲੱਗ ਗਿਆ ਲੱਗ ਗਿਆ ਲੱਗ ਗਿਆ ਪਹਾੜਾ ਦੀ ਕੰਨੇ ਪੈ ਗਿਆ ਲੱਖ ਰੁਪਏਟਾ ਵਿੱਚ ਪਿਆ ਜੇ ਪਾਣੀ ਮੰਗੇ ਮੈਂ ਖੂਨ ਇਹਨਾਂ ਦੇ ਗੇੜਾ ਜੀ ਕਾਕਾ ਤੈਨੂੰ ਕੋਲ ਬਿਠਾ ਕੇ ਦਰਦ ਪੁਰਾਣੇ ਛੇੜਾ ਸੁਫਰੇ ਦੇ ਵਿੱਚ ਮਾਹੀ ਮਿਲਿਆ ਮੈਂ ਗਲ ਵਿੱਚ ਪਾ ਲਿਆ ਬਾਹਾਂ ਕਰਦੀ ਮਾਰੀ ਅੱਖ ਨਾ ਖੋਲਾ ਕਿਤੇ ਫੇਰ ਵਿਛੜ ਨਾ ਜਾਵਾਂ ਇੱਧਰ ਆ ਸਟੇਜ ਤੇ ਆ ਜਾ
ਬਰਸੋਰਾ ਕੌਰ ਬਾਜਵਾ ਸਾਹਿਬ ਚੌਧਰੀ ਆਸਮ ਯਕੂਬ ਚੀਮਾ ਸਾਹਿਬ ਰਾਇਲ ਕਿੰਗ ਯੂਐਸਏ ਵਾਲੇ ਮਹਾਨ ਕਬੱਡੀ ਪ੍ਰਮੋਟਰ ਆਏ ਹਾਏ ਆਮਦ ਪੱਟੀ ਔਰ ਜੀਓ ਬਰਸੋਰਾ ਬਹੁਤ ਤਗੜਾ ਪੈਂਦ ਔਰ ਕੌਰ ਬੀਰ ਬਾਜਵਾ ਸਾਹਿਬ ਜੀ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਦੇ ਹੋਏ ਔਰ ਹਾਰਨ ਵਾਲੀ ਟੀਮ ਨੂੰ ਵੀ ਗੁਰਵੀਰ ਬਾਜਵਾ ਸਾਹਿਬ ਦੀ ਤਰਫੋਂ 20,000 ਦਾ ਨਾਮ ਹੋਏਗਾ ਜਿਹੜੀ ਟੀਮ ਅੱਜ ਮੈਚ ਹਾਰੇਗੀ ਉਹਦੇ ਵਾਸਤੇ ਵੀ 20,000 ਦਾ ਨਾਮ ਹੋਏਗਾ ਗੌਰ ਬਾਜਵਾ ਸਾਹਿਬ ਦੀ ਤਰਫੋਂ ਚੱਲ ਵੀ ਦੂਜੇ ਸੈਮੀਫਾਈਨਲ ਦੀ ਅਗਲੀ ਕਬੱਡੀ ਨਾਲੀ ਗੁਜਰ ਦੀ ਨਰੇੜ ਮਗਰਮ ਦੇ ਵਿੱਚ ਪੈ ਗਈ ਮੇਰੇ ਪੰਜਾਬੀ ਵੀਰੋ ਚੱਲ ਵੀ ਗੱਬਰ ਸ਼ੇਰਾ ਆਏ ਬਲਾਵਲ ਕੱਲੂ ਆਏ ਹਾਏ ਡਬਲ ਟੱਚ ਹੋਇਆ ਪੁਆਇੰਟ ਇੱਕ ਵਾਰੀ ਫਿਰ ਚਿਸ਼ਤੀਆਂ ਦੇ ਖਾਤੇ ਜੁੜ ਗਿਆ ਚੱਲ ਵੀ ਚੱਲ ਵੀ ਅਗਲੀ ਕਬੱਡੀ ਫਿਰ ਚੱਲ ਵੀ ਮੁਬਾਰਕ ਅਲੀ ਕੱਪ ਡੰਡਾ ਦੇ ਸੋੜ ਤੇ ਚਾੜ ਦਿੱਤੇ ਹੱਥੀ ਇੱਜ਼ਤ ਨਹੀਂ ਕਦੀ ਸ਼ਰੀਕ ਦਿੱਤੀ ਜੇਕਰ ਮਾੜੇ ਪਲੇਅਰ ਤੋਂ ਜਿੱਤ ਜਾਈਏ ਪਤਾ ਜੱਗਦਾ ਕਦੀ ਕਿਸੇ ਦੀ ਭੀਕ ਦਿੱਤੀ ਦੁੱਧ ਮਾਵਾਂ ਦੇ ਪਿੜਾਂ ਦੀ ਜਾਨ ਪਰਖਣ ਅਸੀਂ ਜਿੱਤਾਂ ਨੇ ਲੱਗਣ ਕਦੀ ਨਹੀਂ ਲੀਕ ਦਿੱਤੀ ਤੇ ਉਹਨਾਂ ਸਿੱਕੇ ਨੇ ਪਾਸ਼ਾ ਜੱਗ ਦਾ ਨਿਸ਼ਾਨ ਹੈਦਰ ਜਿਨ੍ਹਾਂ ਮੌਤ ਨੂੰ ਵੀ ਲਾਡੀਕ ਦਿੱਤੀ ਬਹੁਤ ਤਕੜਾ ਰੇਡਰਾ ਜੀ ਮੁਬਾਰਕ ਅਲੀ ਉਹਨੇ ਹੀ ਸੋਹਣਾ ਸੁਭਾਅ ਮੁੰਡੇ ਦਾ ਸਿਆਹ ਕਬੱਡਰਾ ਬਹੁਤ ਸੋਹਣਾ ਪੈਰ ਜੋੜਨ ਵਿੱਚ ਕਾਮਯਾਬ ਹੋਇਆ ਚੱਲ ਵੀ ਉਮਰ ਗੁੱਜਰ ਅਗਲੀ ਕਬੱਡੀ ਪਾਏਗਾ ਬੱਬਰ ਸ਼ੇਰ ਮੋਰੇ ਚਾਰ ਜਾਫੀ ਪਿਛਲੀ ਮੇੜ ਦੇ ਸ਼ਗਲ ਸੱਪਾਂ ਵਾਲੇ ਨੇ ਤਗੜਾ ਜਫਾ ਲਾਇਆ ਮੁੰਡੇ ਨੇ ਵੇਖੋ ਗੱਲ ਕੀ ਹੁੰਦੀ ਇੱਕ ਵਾਰੀ ਫਿਰ ਭਰਦਾ ਹੋਇਆ ਪਗਲ ਅਜੀਓ ਬੱਬਰ ਸ਼ੇਰਾ ਆਏ ਆਏ खलील बल्ले चल भी बब्बर शेरा वेखो गल की होंगी 30 सेकंड समय ने फैसला करना अज शौकत सपाला पहुंचिया हासलपुर वालों मैच खेडन लई कमाला करती मुंडे ने तगड़े जफे ला छे वेखो गल की हुई बलावल कलू एक कनी ते ਬੈਟ ਜਾਫੀ ਦਾ ਬੈਟ ਬਲਾਵਲ ਕੱਲੂ ਦਾ ਰੈਫਰੀ ਦਾ ਜਿਹੜਾ ਫੈਸਲਾ ਕੱਲ ਫੈਸਲਾ ਹੋਏਗਾ ਰੈਫਰੀ ਦਾ ਜਿਹੜਾ ਫੈਸਲਾ ਮੈਚ ਦੇ ਵਿੱਚ ਕੋਈ ਵੀ ਬੰਦਾ ਜਿਹੜਾ ਯਾਰ ਮਿਹਰਬਾਨੀ ਕਰਕੇ ਮੈਚ ਬੰਦ ਨਹੀਂ ਹੋਣਾ ਚਾਹੀਦਾ ਉਹ ਰੌਲਾ ਨਾ ਪਾਓ ਜੋ ਵੀ ਫੈਸਲਾ ਰੈਫਰੀ ਨੇ ਦਿੱਤਾ ਉਹ ਹੀ ਆਖਰੀ ਫੈਸਲਾ ਬਿਸਮਿਲਾ ਕਮਰਸ਼ੀਅਲ ਮਾਰਕੀਟ ਖਿੱਚੀ ਵਾਲਾ ਜਿਹੜੇ ਸਾਡੇ ਮੈਂਬਰ ਗੌਰ ਵੀਰ ਬਾਜਵਾ ਸਾਹਿਬ ਦੀਆਂ ਮਾਂ ਖੇਡ ਕਬੱਡੀ ਨਾਲ ਮਹਾਨਤਾ ਮੁਬਾਰਕ ਅਲੀ ਦੀ ਪੈਂਦੀ ਹੋਈ ਰੇਡ ਮੋਰੇ ਚਾਰ ਜਾਫੀ ਖੜੇ ਕੌਣ ਜੱਕੂ ਇਹ ਜਨੇਲ ਸਾਂਸੀ ਦੇ ਵਿਕਾਸ ਆਏ ਹਾਏ ਇੱਕ ਨੰਬਰ ਦਾ ਮੁੰਡਾ ਲੱਗਿਆ ਲੱਤ ਲੱਤ ਫੜਨ ਦੀ ਕੋਸ਼ਿਸ਼ ਕੀਤੀ ਲੇਕਿਨ ਨਾਕਾਮ ਵੇਖੋ ਗੱਲ ਕੀ ਹੁੰਦੀ ਮੁਬਾਰਕ ਅਲੀ ਇੱਕ ਵਾਰੀ ਫਿਰ ਪਿਆਰ ਬਾ ਪਿਆਰਾ ਹੰਨੇ ਨੇੜੇ ਕਦੀ ਸੱਜੇ ਕਦੀ ਖੱਬੇ ਆਏ ਹਾਏ ਛੱਡ ਕੇ ਪਿੱਛੇ ਕੀਤਾ ਬਹੁਤ ਸੋਹਣਾ ਪੈਂਟ ਆਪਣੀ ਟੀਮ ਦੇ ਖਾਤੇ ਜੋੜਨ ਵਿੱਚ ਕਾਮਯਾਬ ਹੋ ਗਿਆ ਅਗਲੀ ਕਬੱਡੀ ਚੱਲ ਵੀ ਉਮਰ ਗੁੱਜਰ 85 ਵਾਲਾ ਅਗਲੀ ਕਬੱਡੀ ਉੱਤੇ ਪਿਆਰ ਬਾ ਪਿਆਰਾ ਸ਼ੌਕਤ ਸੱਪਾਲਾ ਤੇ ਬਲਾਵਲ ਕੱਲੀ ਦੋਹਰੀ ਕੱਟੀਆਂ ਬੱਲ ਕੇ ਖੜ ਗਏ ਸੋਲੇ ਬੱਬਰ ਸ਼ੇਰ ਬਾਈ ਗੱਭਰੂ ਦਾ ਦੋਵਾਂ ਟੀਮਾਂ ਦੇ ਤਾਂ ਚੱਲਦੀ ਹੈ ਗੱਡੀ ਵਿੱਚ ਇਹਦੇ ਨਾਲ ਹੋਮ ਰਾਜਾ ਨਾ ਚੱਲਦੀ ਹੈ ਗੱਡੀ ਰੇਡਰ ਜਾਫੀ ਲਗਣਾ ਖਾ ਕੇ ਛੰਡੇ ਉੱਤੇ ਗੱਡੀ ਜਿੱਤ ਹਾਰ ਦੇ ਵਿੱਚ 40 ਮਨ ਤੋਂ ਰਹਿੰਦੀ ਵੱਡੀ ਦਰਸ਼ਕ ਪੱਪਾ ਭਾਰ ਖੜੋ ਕੇ ਵੇਖੋ ਗੱਲ ਕੀ ਹੁੰਦੀ ਆ 30 ਸੈਕਿੰਡ ਦੇ ਸਮੇਂ ਨੇ ਫੈਸਲਾ ਕਰਨਾ ਅਹਿਮਦ ਪੱਟੀ ਆਏ ਬੱਲੇ ਹੋ ਤੇਰੇ ਜੀਓ ਬੱਬੂ ਤੁਹਾਡਾ ਚੱਲ ਵੀ ਬੱਬਰ ਸ਼ੇਰਾ ਪਾ ਦੇ ਕਬੱਡੀ ਨਾਨੀ ਗੁਜਰਦੀ ਪੈਂਦੀ ਹੋਈ ਰੇਡ ਮੋਰੇ ਚਾਰ ਜਾਫੀ ਬਲਾਵਲ ਕੱਲੂ ਤੇ ਨਾਨੀ ਗੁੱਜਰ ਬਕਲਾਂਦੀ ਕਰਦਾ ਹੋਇਆ ਕੋਸ਼ਿਸ਼ 30 ਸੈਕਿੰਡ ਦਾ ਸਮਾਂ ਉਹ ਬੱਲੇ ਆ ਤੇਰੇ
इस कबड्डी पे रोला भी नहीं पैदा, बड़ा साफ टच मारता जी। क्या बात है जी, अगली कबड्डी फिर उम्र गुजर 85 साल दी पैंदी फिर रेड। चार जाफी मोरे प्यार दा प्यारा चल भी लोकर सेरा सानू पक्का फत दिया ने साडी बखरी तोर नवाबी। ए धरती ए शेरा दी सानू कहंदे लोक पंजाबी, ए धरती ए शेरा दी। चौधरी अंसर नंबरदार साहब कबड्डी देख के चौधरी शौकत भुल्लर लोहड़िया साहब कबड्डी देख के उम्र गुजर दी ए ਅਸਮਾਨ ਵਟੂ ਦੀ ਕਬੱਡੀ ਚੱਲ ਵੀ ਬੱਬਰ ਸ਼ੇਰਾ ਪਾਵੇ ਕਬੱਡੀ ਚਾਰ ਜਾਫੀਆਂ ਦੀ ਘੁੰਮਦੀ ਹੋਈ ਵੀਰ ਦੇ ਵਿੱਚ ਵੇਖੋ ਕੌਣ ਡੱਕੂ ਅਸਮਾਨ ਵਟੂ ਮੋਰੇ ਚਾਰ ਜਾਫੀ ਕਿਸ਼ਤੀਆਂ ਦੇ ਬਿਲਕੁਲ ਤਿਆਰ ਦਾ ਤਿਆਰ ਆ। ਇਹ ਵੇਖੋ ਗੱਲ ਕੀ ਹੋਣੀ ਜੀ ਇਸ ਕਰਦੇ ਸਮੇਂ ਦੇ ਫੈਸਲਾ ਕਰਨਾ। ਆਏ ਹਾਏ ਇੱਕ ਵਾਰੀ ਫੇਰ ਮੁੰਡਾ ਹੱਥ ਪੈ ਗਿਆ ਲਪੇਟਾ ਡੱਕ ਲੈਣ ਦੀ ਕਰਦਾ ਹੋਇਆ ਕੋਸ਼ਿਸ਼ ਅਸਮਾਨ ਵਟੂ ਤੇ ਖਲੀਲ। हां क्या बात है जी, ओ बब्बर शेरा तगड़ा पैड अपनी टीम के खाते जोड़ छड़िया। आजा बब्बर शेरा स्टेज पे आजा। आया शाना तीन वाला पाउंदा होया कबड्डी मोरे चार जाफी बिल्कुल तैयार दा तैयार आ। आ लग गया सप्पा वाला गुट फड़ लिया। आए हाय पै गई कैंची ए हस गई जान शिकंजे अंदर चूवेल दे विच गन्ना रो रो क्या मोहम्मद रो जे हुण रवे ते मन्ना। ਅਜੀ ਕੋਹਰ ਬਾਜਵਾ ਸਾਹਿਬ ਵੱਲੋਂ ਸਲਾਮ ਬੱਤੂ ਵਾਸਤੇ ਨਾਮ ਸ਼ੌਕਤ ਸੱਪਾਲਾ। ਇੱਕ ਹੋਰ ਤਗੜਾ ਜੱਫਾ ਮੁੰਡੇ ਨੇ ਕਰ ਦਿੱਤਾ ਸ਼ੌਕਤ ਸੱਪਾਲਾ। ਆ ਜਾ ਜਾਨ ਕੋਹਰ ਬਾਜਵਾ ਸਾਹਿਬ ਦੇ ਕੋਲ ਆ ਜਾ ਆ ਜਾ। ਚੱਲ ਵੀ ਮੁਬਾਰਕ ਅਲੀ ਦੀ ਅਗਲੀ ਕਬੱਡੀ ਪੈ ਗਈ ਮੋਰੇ ਚਾਰ ਜਾਫੀ ਬੱਲੇ ਬੱਲੇ ਕਰਾ ਦਿੱਤੀ ਲਾਲਾ ਯੂਨਸ ਤੇੜੇ। ਕਿਆ ਬਾਤ ਜੀ ਤਗੜਾ ਟੂਰਨਾਮੈਂਟ 183 ਸਮਰਾ ਦੀ ਤਰਦੀਦ ਤੇ ਸ਼ਾਹਜ਼ੇਦ ਉਸਮਾਨ ਤੇੜ ਲਾਲਾ ਯੂਨਸ ਤੇੜ ਔਰ ਖਾਸ ਚੱਲ ਵੀ ਉਮਰ ਗੁਜਰ ਚੱਲ ਵੀ ਬੱਬਰ ਸ਼ੇਰਾ ਪਾ ਦੇ ਕਬੱਡੀ ਉਮਰ ਗੁਜਰ ਦੀ ਪੈਂਦੀ ਹੋਈ ਕਬੱਡੀ ਮੋਰੇ ਚੱਲ ਵੀ ਬੱਬਰ ਸ਼ੇਰਾ ਪਾ ਦੇ ਕਬੱਡੀ ਉਮਰ ਗੁਜਰ ਇੱਕ ਹੋਰ ਤਗੜਾ ਪੁਆਇੰਟ ਆਪਣੀ ਟੀਮ ਦੇ ਖਾਤੇ ਜੋੜੀ ਦਾ ਕਿਸ਼ਤੀਆਂ ਵਾਸਤੇ ਤਿਆਰ ਦਾ ਤਿਆਰ ਆ ਮੋਰੇ ਚਾਰ ਜਾਫੀ ਖੜ ਗਏ। ਵੇਖੋ ਗੱਲ ਕੀ ਹੁੰਦੀ 30 ਸਕਿੰਟ ਦੇ ਸਮੇਂ ਨੇ ਦੱਸਣਾ ਡਬਲ ਟੱਚ ਪੁਆਇੰਟ। ਇੱਕ ਵਾਰੀ ਫਿਰ ਰੇਡਰ ਦੇ ਖਾਤੇ ਪੁਆਇੰਟ ਹਾਸਲਪੁਰ ਦੇ ਖਾਤੇ ਪੁਆਇੰਟ ਸਹੀਦ ਘਰਾਇਆ ਸਾਹਿਬ ਦਾ ਨਾਨੀ ਗੁਜਰ ਦੀ ਪੈਂਦੀ ਹੋਈ ਰੇਡ। ਸੂਰਜਵਾਨ ਹੈ ਰੂਪ ਸ਼ੂਪ ਤੇਰਾ ਜਿੱਧਰ ਤੂੰ ਜਾਵੇ ਉੱਧਰ ਜੱਗ ਜਾਵੇ ਆਪਣੇ ਜਿੱਸੇ ਤੋਂ ਮਰਚਾਂ ਨੂੰ ਵਾਰਿਆ ਕਰ ਤੇਰੇ ਜਿੱਸੇ ਨੂੰ ਨਜ਼ਰ ਨਾ ਲੱਗ ਜਾਵੇ। ਚੱਲ ਵੀ ਬੱਬਰ ਸ਼ੇਰਾ ਬਲਾਵਲ ਕੱਲੂ ਨਾਨੀ ਗੁਜਰ ਨੂੰ ਟੱਚ ਮਾਰਿਆ ਡਾਕਲਰ ਦੀ ਕਰਦਾ ਕੋਸ਼ਿਸ਼ ਬਲਾਵਲ ਕੱਲੂ ਦੇ ਨਾਨੀ ਗੁਜਰ ਏ ਹਾਸਲਪੁਰ ਵਾਲਾ ਮੁੰਡਾ ਡਾਕਲਰ ਦੀ ਕੋਸ਼ਿਸ਼ ਕਰੇਗਾ ਲੇਕਿਨ ਆਓ ਪੁਆਇੰਟ ਤੇ ਸੀਗਾ ਐਡਾ ਤਗੜਾ ਟੂਰਨਾਮੈਂਟ ਤਾੜੀ ਬਣਦੀਆਂ ਨਾ ਤੇ ਮਾਰਨੀ ਚਾਹੀਦੀ ਇੰਤਜ਼ਾਮੀਆਂ ਵਾਸਤੇ। ਗੌਰਵੀਰ ਬਾਜਵਾ ਸਾਹਿਬ ਇਹਨਾਂ ਦੀਆਂ ਮੁਹੱਬਤਾਂ ਕਿੱਡਾ ਤਗੜਾ ਇਵੈਂਟ ਕਰਾਇਆ। ਪੈਂਟ ਸੁਣੋ ਜੀ ਤੇ ਸੀ ਚਿਸ਼ਤੀਆਂ ਪਹਿਲੇ ਹਾਫ ਦੀ ਖੇਡ ਤੋਂ ਬਾਅਦ ਪੁਆਇੰਟ ਹੈਗੇ 16 ਹਾਸਲਪੁਰ ਤੇ ਸੀ ਪੁਆਇੰਟ ਹੈਗੇ 20 ਤਾਰੀ ਠੋਕਣੀ ਮਾਰਦੀ ਇੱਕ ਵਾਰੀ ਫੇਰ ਲਾਜੀ ਦੂਜੇ ਹਾਫ ਦੀ ਖੇਡ ਸ਼ੁਰੂ ਹੋਣ ਦਾਰਿਸਤਾਨ ਸਾਡੇ ਚੀਮਾ ਸਾਹਿਬ 167 ਆਰ ਤੋਂ ਚੌਧਰੀ ਮੁਹੰਮਦ ਰਫਾਨ ਕਮਰ ਵੈਂਸ ਮੈਡੀਕਲ ਹਾਲ ਸਦਰ ਬਾਜ਼ਾਰ ਖਿੱਚੀ ਵਾਲਾ ਜਨਾਬ ਹਾਫਿਜ਼ ਰਫਾਨ ਮਮਰਾ ਸਾਹਿਬ ਚੌਧਰੀ ਮਹਿਮੂਦ 167 ਸੈਮੀਨਾਰ ਤੋਂ ਔਰ ਜਨਾਬ ਟੂਰਨਾਮੈਂਟ ਸਦਰ ਆਰਗਨਾਈਜ਼ਰ ਗੁਹਰ ਵੀਰ ਬਾਜਵਾ ਸਾਹਿਬ ਦੀਆਂ ਮੁਹੱਬਤਾਂ ਜਿਹੜੀਆਂ ਇਸ ਟੂਰਨਾਮੈਂਟ ਦੇ ਵਿੱਚ ਖਾਸੋ ਖਾਸ। ਅੱਜ ਦੂਜਾ ਸੈਮੀਫਾਈਨਲ ਆ ਕੱਲ 50,000 ਰੁਪਇਆ। ਚੱਲ ਵੀ ਮੁਬਾਰਕ ਅਲੀ ਦੀ ਪੈ ਗਈ ਕਬੱਡੀ ਇੱਕ ਵਾਰੀ ਫਿਰ ਮੁਬਾਰਕ ਅਲੀ ਦੀ ਪੈਂਦੀ ਫਿਰ ਰੇਡ। ਮੋਰੇ ਚਾਰ ਜਾਫੀਆਂ ਦੀ ਘੁੰਮਦੀ ਹੋਈ ਸੀਰੀ 75 ਗਾਜ਼ ਦਾ ਦਿਹਾੜਾ ਲਾ ਕੇ ਫੇਰ ਪੰਜਾਬੀਆਂ ਕੱਢੀ ਵਿੱਚੋਂ ਭੱਜਣ ਲਈ ਜਗ੍ਹਾ 20 ਫੁੱਟ ਛੱਡੀ। ਇਹਦਾ ਨਾਂ ਜੇ ਕਬੱਡੀ ਇਹਦਾ ਨਾਂ ਜੇ ਕਬੱਡੀ। ਜੀਓ ਮੁਬਾਰਕ ਅਲੀ ਬੱਬਰ ਸ਼ੇਰ ਨੇ ਤਗੜਾ ਪੈਰ ਜੋੜਿਆ ਔਰ ਅਗਲੀ ਕਬੱਡੀ ਦੇ ਉੱਤੇ ਫਿਰ ਤਿਆਰ ਬਾਰ ਤਿਆਰ ਆ। ਇਹ ਮੁੰਡੇ ਦਾ ਨਾਂ ਹੈ ਨਾਨੀ ਗੁੱਜਰ ਸ਼ੌਕਤ ਸੱਪਾਲਾ ਤੇ ਦੂਜੇ ਪਾਸੇ ਬਲਾਵਲ ਕੱਲੀ ਦੋਵੇਂ ਕੰਨੀਆਂ ਮਾਰ ਕੇ ਖੜੇ ਬੱਬਰ ਸ਼ੇਰ ਕੋਰ ਡੱਕੂ ਚੋਂ ਜਾਫੀਆਂ ਦੇ ਵਿੱਚੋਂ ਬੱਲੇ ਬੱਲੇ ਦਾ ਮਾਹੌਲ ਬਣਿਆ ਹੋਇਆ ਇਸ ਵੇਲੇ। ਲਓ ਜੀ ਸ਼ੌਕਤ ਸੱਪਾਲਾ ਇੱਕ ਹੋਰ ਜਫਾ ਬੱਬਰ ਸ਼ੇਰ ਨੇ ਜਿਹੜੀ ਟੀਮ ਹਾਰੇਗੀ ਹਾਰੀ ਟੀਮ ਜਿਹੜੀ ਗੁਰਵੀਰ ਬਾਜਵਾ ਸਾਹਿਬ ਕੋਲੋਂ 20,000 ਰੁਪਇਆ ਲੈ ਕੇ ਜਾਵੇ ਜੀ ਜਾਣ ਲੱਗੀ। ਜਿਹੜੀ ਟੀਮ ਹਾਰੇਗੀ ਉਹ ਵੀ 20,000 ਲੈ ਕੇ ਜਾਵੇ ਔਰ ਸਾਡੇ ਵੀਰ ਹਾਫਿਜ਼ ਅਰਫਾਨ। ਚੱਲ ਵੀ ਬੱਬਰ ਸ਼ੇਰਾ ਕਹਿੰਦੇ ਮਾਲਦਾਰ ਦਾ ਹਰ ਕੋਈ ਨਾ ਵੇਂਦਾ ਨਾੜਾ ਵੇਖ ਕੇ ਪੂਰਾ ਢੋ ਲੈਂਦੇ ਸ਼ੋਰਾਂ ਵਾਲੇ ਹੋਵੇ
रेड तो बाद आई अब चल भी एक बार फिर
ਨਾਲ ਤੇ ਨਾਲ ਅਗਲੀ ਕਬੱਡੀ ਪਾਏਗਾ ਅਬਾਸ ਬਾਸੂ ਇੱਕ ਗਲੀ ਤੇ ਦੂਜੀ ਕੰਨੀ ਬਰਾਵਲ ਕੱਲੂ ਨੇ ਮੱਲੀ ਆ ਵੇਖੋ ਗੱਲ ਕੀ ਹੋਣੀ 30 ਸਕਿੰਟ ਦੇ ਸਮੇਂ ਦੇ ਦੱਸਣਾ ਅਬਾਸ ਲੱਗ ਗਿਆ ਉਹ ਪੈ ਗਈ ਕੈਂਚੀ ਤੇ ਸ਼ਾਨਾ ਤੇ ਨਾਲ ਲੱਤ ਫੜੀ ਮੁੰਡੇ ਨੇ ਆ ਛਡਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਖੰਡੇ ਮੇਰੇ ਕੰਨ ਦੀ ਗੱਲ ਹੋ ਗਈ ਤੇ ਆ ਪੁਆਇੰਟ ਸ਼ਾਨੇ ਤਿੰਨ ਵਾਲੇ ਦਾ ਬੈਂਡ ਸ਼ਾਨੇ ਤਿੰਨ ਵਾਲੇ ਦਾ ਆ ਸੋਹਣਾ ਬੈਂਡ ਤੁਸੀਂ ਚਿਸ਼ਤੀ ਵਾਲੇ ਆਵਾਜ਼ ਆ ਸਟੇਜ ਤੇ ਆਵੀ ਇੱਕ ਵਾਰੀ ਗੁਰਵੀਰ ਬਾਜਵਾ ਸਾਹਿਬ ਦੇ ਮੋੜੇ ਚੱਲ ਵੀ ਅਗਲੀ ਕਬੱਡੀ ਮੁਬਾਰਕ ਅਲੀ ਚੱਲ ਵੀ ਬੱਬਰ ਸ਼ੇਰਾ ਪਾ ਦੇ ਕਬੱਡੀ ਤਗੜੀਆਂ ਕਬੱਡੀਆਂ ਮੁੰਡੇ ਪਾਈਆਂ ਅੱਜ ਮੁਬਾਰਕ ਅਲੀ ਦੀ ਅਗਲੀ ਕਬੱਡੀ ਵਿਕਾਸ ਲੱਗਿਆ ਲੇਕਰ ਆਓ ਉਹ ਸੋਹਣਾ ਭਾਜ ਮੁੰਡੇ ਦੀ ਤੇ ਸੋਹਣਾ ਬੈਂਡ ਜੜਨ ਦੇ ਵਿੱਚ ਅਬਾਸ ਇਧਰ ਆਈ ਯਾਰ ਸਟੇਜ ਤੇ ਕਿੱਧਰ ਗਿਆ ਚੱਲ ਵੀ ਬੱਬਰ ਸ਼ੇਰਾ ਪਾ ਦੇ ਕਬੱਡੀ ਚਾਰ ਜਾਫੀ ਦੇ ਵਿੱਚੋਂ ਬਲਾਵਲ ਕੱਲੂ ਕੁੱਟ ਫੜ ਗਿਆ ਏ ਹਾਏ ਹਾਏ ਮਰ ਜਾਣਿਆ ਕੁੱਟ ਕੇ ਫੜਨਾ ਮੈਂ ਵੀ ਤੇਰੀ ਬਾਹ ਵੀ ਤੇਰੀ ਕਾਲੇ ਪੂਰੇ ਮੱਛੇ ਵਾਲੀ ਸੱਜਰ ਛੀ ਗਾਵੀ ਤੇਰੀ ਤਗੜਾ ਜੱਫਾ ਇੱਕ ਹੋਰ ਬਲਾਵਲ ਕੱਲੂ ਆਪਣੀ ਟੀਮ ਵਾਸਤੇ ਲਾਇਆ ਪਰੇਸ਼ਾਨ ਨਹੀਂ ਹੋਣਾ ਫੇਰ ਸਹੀ ਚੱਲ ਤਗੜਾ ਹੋ ਚੱਲ ਵੀ ਅਰਸਲਾਨ ਬੱਟੂ ਦੀ ਅਗਲੀ ਕਬੱਡੀ ਚੱਲ ਵੀ ਬੱਬਰ ਸ਼ੇਰਾ ਪਾ ਦੇ ਕਬੱਡੀ ਚਾਰ ਜਾਫੀ ਮੋਰੇ ਖੜੇ ਇਹ ਖਲੀਲ ਮੁੰਡਾ ਉੱਪਰ ਆਇਆ ਦੂਜੀ ਕੰਨੀ ਤੇ ਜਨੇਲ ਸਾਸੀ ਲੈ ਵੀ ਖਲੀਲ ਨੇ ਮੋਰੇ ਉਹਨੇ ਟੱਚ ਮਾਰਿਆ ਅਰਸਲਾਨ ਬੱਟੂ ਤੇ ਖਲੀਲ ਆ ਬੱਲੇ ਉਹ ਤੇਰੇ ਇੱਕ ਵਾਰੀ ਫੇਰ ਤੌਰ ਤੇ ਹੱਥ ਰੱਖਿਆ ਲੇਕਿਨ ਪੁਆਇੰਟ ਪੇਪਰ ਦਾ ਪੁਆਇੰਟ ਅਰਸਲਾਨ ਬੱਟੂ ਦਾ ਪੁਆਇੰਟ ਇੱਕ ਵਾਰੀ ਫੇਰ ਸਮਝ ਕਰ ਇਹਦੀ ਟੀਮ ਦਾ ਪੁਆਇੰਟ ਸੀਲ ਹਾਸਲ ਕੋਰ ਦਾ ਚੱਲ ਵੀ ਨਿਕਲੀ ਫੇਰ ਬਤਾਈਆਂ ਸਾਰੇ ਸਾਹਮਣੇ ਆ ਰਹੀ ਉਹ ਫੇਰ ਬਤਾਈਆਂ ਬਤਾਈਆਂ ਮੁਬਾਰਕਾ ਹੋਰ ਜਿਹੜੀ ਟੀਮ ਜਿੱਤੇਗੀ ਕੱਲ ਤਸੀਲ ਫੋਲਾਬਾਦ ਨਾਲ ਫਾਈਨਲ ਖੇਡੇਗੀ ਕੱਲ 4 ਵਜੇ ਫਾਈਨਲ ਖੇਡਿਆ ਜਾਣਾ ਕੱਲ 4 ਵਜੇ ਫਾਈਨਲ ਮੈਚ ਖੇਡਿਆ ਜਾਣਾ ਜਿੰਨੇ ਵੀ ਦਰਸ਼ਕ ਵੀਰੇ ਸੁਣ ਰਹੇ ਨੇ 4 ਵਜੇ ਫਾਈਨਲ ਮੈਚ ਖੇਡਿਆ ਜਾਣਾ 70,000 ਰੁਪਏ ਅਹਿਮਦ ਪੱਟੀ ਆਏ ਹਾਏ ਕਿਆ ਬਾਤ ਹੈ ਜੀ ਬੱਦਰ ਸ਼ੇਰ ਨਾਨ ਸਟਾਪ ਕਬੱਡੀਆਂ ਪਾਈਆਂ ਜੀ ਅੱਜ ਦੇ ਮੈਚ ਵਿੱਚ ਅਹਿਮਦ ਪੱਟੀ ਨੇ ਚੱਲ ਵੀ ਆਈ ਆਖਰੀ ਕਬੱਡੀ ਫਿਰ ਅਬਦੁਰ ਰਹਿਮਾਨ ਪੱਟੀ ਅਬਦੁਰ ਰਹਿਮਾਨ ਦੀ ਪੈਂਦੀ ਹੋਈ ਰੇਡ ਲੋ ਜੀ ਜੀ ਪੁਆਇੰਟ ਹਾਸਲਪੁਰ ਦਾ ਬਹੁਤ ਜਜ਼ਬਾਤੀ ਆ।